गवर्नर साहब सी ऑनरेबल गवर्नर हैं, ये कॉन्स्टिट्यूशनल बोस्ट है, मगर मैं समझता हूँ ये खतरे से खाली नहीं। ये बेसिकली आप, मैं देख रहा हूँ जो प्रोएक्टिव हो रहे हैं गवर्नर साहब, दैट शोज के सेंटर विल ट्राई टू इंटरवीन इन पंजाब सम वे ऑर द अदर। मेरा पॉलिटिक्स से कोई लेन देन नहीं, कोई सरकार है कोई नहीं है, मेरा काम ऐसा है कि जो सरकार गवर्नमेंट की जो भी सरकार है पंजाब की प्रोग्रेस के लिए उसको पूरी ताकत से मदद करना, वो मैं काम करूंगा। मुख्यमंत्री साहब भी जान, गवर्नर साहब भी जान, देखो विरोधी पार्टियां का काम होता प्रोपोगंडा करना। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਇਸ ਵੇਲੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਨੇ। ਮੰਗਲਵਾਰ ਨੂੰ ਉਨ੍ਹਾਂ ਨੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦਾ ਦੌਰਾ ਕੀਤਾ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਫਸਰਾਂ ਤੇ ਪੰਜਾਬ ਸਰਕਾਰ ਦੇ ਅਫਸਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ। ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਕਿ ਭਾਵੇਂ ਕੇਂਦਰੀ ਸੁਰੱਖਿਆ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ, ਪਰ ਅਜੇ ਹੋਰ ਚੌਕਸੀ ਦੀ ਲੋੜ ਹੈ। ਉਨ੍ਹਾਂ ਨੇ ਇਸ ਮੌਕੇ ਕੇਂਦਰੀ ਏਜੰਸੀਆਂ ਤੇ ਸੂਬਾ ਸਰਕਾਰ ਵਿਚਾਲੇ ਤਾਲਮੇਲ ਦੀ ਕਮੀ ਵੱਲ ਵੀ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਗਵਰਨਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਫਾਜ਼ਿਲਕਾ ਤੇ ਹੋਰ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਮੌਕੇ ਉਨ੍ਹਾਂ ਨੇ ਇਨ੍ਹਾਂ ਸਰਹੱਦੀ ਇਲਾਕਿਆਂ ਦੇ ਵਿੱਚ ਸੁਰੱਖਿਆ ਦਾ ਜਾਇਜ਼ਾ ਲਿਆ। ਪਾਕਿਸਤਾਨ ਦੀ ਇੱਕ ਬਾਤ ਹੈ ਕਿ ਪਾਕਿਸਤਾਨ ਮਿਸ਼ਿਵੇਸ ਹੈ, ਡਾਇਰੈਕਟ ਫਾਈਟ ਨਹੀਂ ਕਰ ਸਕਦਾ, ਪਰ ਇਸ ਤਰ੍ਹਾਂ ਸੇ ਮਿਸ਼ਿਵ ਕਰਨਾ, ਟੈਰਰਿਸਟ ਭਿਜਵਾਨਾ, ਵਹਾਂ ਕਿਸੇ ਟੈਰਰਿਸਟ ਆਤੇ ਹੈ, ਸਮਗਲਿੰਗ ਵਗੈਰਾ ਕਰਵਾਉਣਾ, ਆਜ ਕੱਲ੍ਹ ਤੋਂ ਡਰੋਨ ਵੀ ਪਕੜੇ ਗਏ, ਡਰੋਨ ਸੇ ਆਨੇ ਲੱਗ ਗਏ, ਵੇਪਨ ਗਿਰਾਏ ਜਾ ਰਹੇ ਹੈ, ਯਦਿ ਡਰੱਗਸ ਸਮਗਲਿੰਗ ਹੋਤੇ ਹੈ ਤੋ ਵੇਪਨ ਵੀ ਸਮਗਲਿੰਗ ਹੋਤੇ ਹੋਏ, ਕਿਆ ਮਾਲੂਮ ਹੈ। स्टेट एजेंसी और सेंट्रल एजेंसी एकदम फुल प्रूफ उनकी मुलाकात होनी चाहिए, उनकी ऑफिसर्स की मीटिंग डायरेक्ट दोनों के करवा रहे हैं, मिल रहे हैं, ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਦੌਰਿਆਂ ਨੂੰ ਪੰਜਾਬ ਦੀ ਖੁਦ ਮੁਖਤਿਆਰੀ ਦੇ ਲਈ ਇੱਕ ਖਤਰਾ ਦੱਸਿਆ। ਗਵਰਨਰ ਸਾਹਿਬ ਸੀ ਆਨਰੇਬਲ ਗਵਰਨਰ ਹੈ, ਇਹ ਕੰਸਟੀਟਿਊਸ਼ਨਲ ਬੋਸਟ ਹੈ, ਮਗਰ ਮੈਂ ਸਮਝਦਾ ਹਾਂ ਇਹ ਖਤਰੇ ਸੇ ਖਾਲੀ ਨਹੀਂ। ਗਵਰਨਰ ਸਾਹਿਬ ਕਾ ਪਹਿਲੀ ਦਫਾ 75 ਸਾਲ ਮੇ ਅਗਰ ਗਏ ਹੈ ਪਹਿਲੇ तो वो लोगों से मिलने के लिए दूसरा चौथा जाते थे, जर्नली चीफ मिनिस्टर कंपनी करते थे, दैट वाज जस्ट अ गुडविल विजिट। ये बेसिकली आप, मैं देख रहा हूँ जो प्रोएक्टिव हो रहे हैं गवर्नर साहब, दैट शोज के सेंटर विल ट्राई टू इंटरवीन इन पंजाब सम वे ऑर द अदर। और ये बॉर्डर का स्टेट है, बॉर्डर, और वी हैव अ कॉमन बॉर्डर विद पाकिस्तान। पाकिस्तान में भी आप देख रहे हो चेंजेस आ रही, हाँ वहाँ, हाँ, और वहां की जो आर्मी है बेसिकली दे कंट्रोल पाकिस्तान। आईएसआई का हमेशा इंटरेस्ट पंजाब और कश्मीर में रहा है। इस जो वहां चेंज आ रही है, वहां पॉलिसी की भी चेंज होगी पाकिस्तान में, फॉरेन पॉलिसी की, और वो क्या चेंज होगी, क्या एंटी इंडिया होगी कि प्रो इंडिया होगी, ये तो मौका बताएगा। मगर ऐसे हालात में, जब ऐसे हालात में चेंजेस हो रही हैं और गवर्नर हमारे घूम रहे हैं, तो उससे दैट मीन्स देयर इज समथिंग फिशी, जैसे कहते हैं ना कि ये को बहुत ज़्यादा अच्छा
ਸੰਕੇਤ ਨਹੀਂ। ਉੱਥੇ ਹੀ ਆਮ ਆਦਮੀ ਪਾਰਟੀ ਨੂੰ ਗਵਰਨਰ ਦੇ ਇਨ੍ਹਾਂ ਦੌਰਿਆਂ ਤੇ ਕੋਈ ਇਤਰਾਜ਼ ਨਹੀਂ। ਗਵਰਨਰ ਸਾਹਿਬ ਵੀ ਪੰਜਾਬ ਦੇ ਨੇ ਸਾਡੇ ਦੇ, ਤੇ ਇਹਦੇ ਚ ਤੇ ਕੋਈ ਸਵਾਲ ਨਹੀਂ ਚਾਹੀਦਾ। ਗਵਰਨਰ ਸਾਹਿਬ ਵੀ ਜਾ ਸਕਦੇ ਦੌਰੇ ਤੇ, ਕੋਈ ਇਹਦੇ ਚ ਇਸ਼ੂ ਨਹੀਂ ਬਣਦਾ। ਮੁੱਖ ਮੰਤਰੀ ਸਾਹਿਬ ਵੀ ਜਾਣ, ਗਵਰਨਰ ਸਾਹਿਬ ਵੀ ਜਾਣ। ਵੇਖੋ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਪ੍ਰੋਪੋਗੰਡੇ ਕਰਨਾ, ਤੇ ਇਹ ਪ੍ਰੋਪੋਗੰਡੇ ਸ਼ੁਰੂ ਤੋਂ ਕਰਦੇ ਰਹੇ ਆ, ਅੱਜ ਵੀ ਕਰ ਰਹੇ ਆ। ਉਧਰ ਬਨਵਾਰੀ ਲਾਲ ਪੁਰੋਹਿਤ ਕਹਿ ਰਹੇ ਨੇ ਕਿ ਉਹਨਾਂ ਦੇ ਇਹਨਾਂ ਦੌਰਿਆਂ ਨੂੰ ਸਿਆਸਤ ਦੇ ਨਾਲ ਨਾ ਜੋੜਿਆ ਜਾਵੇ। ਮਤਲਬ ਨਹੀਂ, ਆਈ ਐਮ ਨੋਟ ਇਨ ਪੋਲਿਟਿਕਸ ਐਟ ਆਲ। ਗਵਰਨਰ ਇਜ਼ ਅਬਾਊਟ ਪੋਲਿਟਿਕਸ, ਗਵਰਨਰ ਇਜ਼ ਅ ਕੰਸਟੀਟਿਊਸ਼ਨਲ ਅਥਾਰਿਟੀ। ਮੇਰਾ ਪੋਲਿਟਿਕਸ ਸੇ ਕੋਈ ਲੈਣ ਦੇਣ ਨਹੀਂ, ਕੋਈ ਸਰਕਾਰ ਹੈ ਕੋਈ ਨਹੀਂ ਹੈ। ਮੇਰਾ ਕੰਮ ਐਸਾ ਹੈ ਕਿ ਜੋ ਸਰਕਾਰ, ਗਵਰਨਮੈਂਟ ਜੋ ਵੀ ਸਰਕਾਰ ਹੈ, ਪੰਜਾਬ ਕੀ ਪ੍ਰੋਗਰੈਸ ਕੇ ਲਈ ਉਸਕੋ ਪੂਰੀ ਤਾਕਤ ਸੇ ਮਦਦ ਕਰਨਾ, ਵੋ ਮੈਂ ਕੰਮ ਕਰੂੰਗਾ। ਦੂਸਰਾ ਕੰਮ ਹੋਤਾ ਹੈ ਕਿ ਸੈਂਟਰਲ ਸਟੇਟ ਕੇ ਰਿਲੇਸ਼ਨ ਕੋ ਸੁਧਾਰਨੇ ਕੀ ਕੋਸ਼ਿਸ਼ ਕਰਨਾ, ਵੋ ਮੇਰਾ ਕੰਮ ਕਰੂੰਗਾ। ਗਵਰਨਰ ਇਜ਼ ਅ ਕੰਸਟੀਟਿਊਸ਼ਨਲ ਅਥਾਰਿਟੀ। ਦੇਰ ਕਾਂਟ ਬੀ ਐਨੀ ਕੁਐਸਚਨ ਅਬਾਊਟ ਦ ਗਵਰਨਰ, ਐਬਸੋਲੂਟਲੀ ਨਾਟ। ਯਦਿ ਹੈ ਤੋ ਉਨਕੋ ਐਨਲਾਈਟਨ ਕਰਨੇ ਕੀ ਜ਼ਰੂਰਤ ਹੈ, ਹੈ ਵੀ ਹੈ।